ਅਮਰੀਕਾ ਭੇਜਿਆ ਸੀ ਤਾਂ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ। ਅਮਰੀਕਾ 'ਚ ਹੋਇਆ ਪੰਜਾਬੀ ਨੌਜਵਾਨ ਲਾਪਤਾ, ਨਾ ਅੱਜ ਤੱਕ ਫੋਨ ਆਇਆ ਨਾ ਕੁਛ। 7 ਸਾਲ ਪਹਿਲਾਂ ਕਿਹਾ ਸੀ ਡੋਂਕੀ ਰਾਹੀ ਮੇਰਾ ਬੱਚਾ ਲੱਭਣਾ ਚਾਹੀਦਾ। ਪਰਿਵਾਰ ਅੱਜ ਵੀ ਉਡੀਕ ਰਿਹਾ ਪੁੱਤ ਦੀ ਰਾਹ। 35 ਲੱਖ ਰੁਪਏ ਲਾ ਕੇ ਭੇਜਿਆ ਸੀ ਦੇਸ਼। ਮਾਂ ਪਿਓ ਤੇ ਭੈਣ ਦਾ ਹੋਇਆ ਰੋ ਰੋ ਬੁਰਾ ਹਾਲ। ਜੀ ਦੱਸ ਦਈਏ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਹੋਰ ਪੰਜਾਬੀ ਨੌਜਵਾਨ ਠੱਗ ਏਜੰਟ ਦੀ ਭੇਂਟ ਚੜ੍ਹਿਆ। ਦੱਸ ਦਈਏ ਕਿ 7 ਸਾਲ ਤੋਂ ਉਸ ਨੌਜਵਾਨ ਦਾ ਹਾਲੇ ਕੁਝ ਵੀ ਪਤਾ ਨਹੀਂ ਚੱਲ ਸਕਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 2017 ਦੇ ਵਿੱਚ ਉਹਨਾਂ ਦਾ ਪੁੱਤ 35 ਲੱਖ ਰੁਪਏ ਲਾ ਕੇ ਅਮੈਰੀਕਾ ਦੇ ਵਿੱਚ ਭੇਜਿਆ ਸੀ ਡੋਂਕੀ ਰਾਹੀਂ। ਉਸਦੀ ਅਮੈਰੀਕਾ 'ਚ ਐਂਟਰੀ ਹੋਣੀ ਸੀ, ਪਰ ਕਿਹਾ ਜਾ ਰਿਹਾ ਕਿ ਆਖਰੀ ਵਾਰ ਜਦੋਂ ਉਹ ਜਹਾਜ਼ ਦੇ ਵਿੱਚ ਬੈਠੇ ਤਾਂ ਉਸ ਸਮੇਂ ਫੋਨ 'ਤੇ ਗੱਲ ਹੋਈ, ਅਤੇ ਅੱਜ 7 ਸਾਲ ਹੋ ਗਏ ਉਹਨਾਂ ਦੇ ਪੁੱਤ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਅਤੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਦੇ ਕੋਲ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦਾ ਪਤਾ ਕੀਤਾ ਜਾਵੇ। ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ 7 ਸਾਲ ਪਹਿਲਾਂ ਡੋਂਕੀ ਰਾਹੀਂ ਅਮਰੀਕਾ ਗਏ ਇੱਕ ਨੌਜਵਾਨ ਜੋ ਹੈ ਉਹ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਉਸਦੀ ਰਾਹ ਦੇਖੀ ਜਾ ਰਹੀ ਹੈ, ਪਰ ਹਾਲੇ ਤੱਕ ਉਸਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਦੁਖੀ ਹੋਏ ਮਾਪਿਆਂ ਦੇ ਵੱਲੋਂ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਜਾ ਰਹੀ ਹੈ ਅਤੇ ਠੱਗ ਏਜੰਟਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਲੜਕੇ ਦੀ ਪਹਿਚਾਣ ਗੁਰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਮੈਕਸੀਕੋ ਤੋਂ ਡੋਂਕੀ ਰਾਹੀਂ ਉਸਦੀ ਅਮੈਰੀਕਾ ਦੇ ਵਿੱਚ ਐਂਟਰੀ ਹੋਣੀ ਸੀ, ਪਰ ਕਿਹਾ ਜਾ ਰਿਹਾ ਕਿ ਠੱਗ ਏਜੰਟ ਦੀ ਭੇਟ ਚੜ੍ਹਨ ਦੇ ਕਾਰਨ ਉਹਨਾਂ ਦੇ ਪੁੱਤ ਦਾ ਹਾਲੇ ਕੁਝ ਵੀ ਪਤਾ ਨਹੀਂ ਲੱਗਿਆ। ਜੋ ਕਿ ਮੇਰਾ ਲੜਕਾ ਗੁਰਦੀਪ ਸਿੰਘ ਜੋ 2017 'ਚ ਬਾਹਰ ਅਮੈਰੀਕਾ ਲਈ ਭੇਜਿਆ ਸੀ, ਤਾਂ ਮਕੇਰੀਆਂ ਦਾ ਏਜੰਟ ਸੀ ਸੁਖਦੇਵ ਸਿੰਘ ਸੁੱਖੀ ਪਿੰਡ ਮਹਿੰਦੀਪੁਰ, ਜੋ ਕਿ 4-5 ਮੁੰਡਿਆਂ ਦਾ ਗਰੁੱਪ ਸੀ। 2 ਕੁ ਮਹੀਨੇ ਦਿੱਲੀ ਰਹਿਣ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਕੁਛ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਏ ਹੈ। ਉੱਥੇ ਰਾਹ 'ਚ ਪਹੁੰਚ ਕੇ ਇਹਨਾਂ ਦਾ ਫੋਨ ਆਇਆ, ਇੱਕ ਵਾਰੀ ਵੀ ਅਸੀਂ ਬਹਿ ਗਏ ਹਾਂ ਡੈਡੀ ਅਤੇ ਥੋੜ੍ਹੇ ਚਿਰ ਨੂੰ ਪਹੁੰਚ ਜਾਵਾਂਗੇ, ਅਤੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ। ਕੌਣ ਸੀ ਜਗ੍ਹਾ ਗਏ ਥੇ ਔਰ ਕਹਾਂ ਜਾ ਕੇ ਰੁਕੇ ਹੈ? ਇਹ ਰਾਹ 'ਚ ਨਹੀਂ, ਉਹਨੂੰ ਬਥੇਰੇ ਫਲਾਣੀ ਜਗ੍ਹਾ ਸੀ, ਫਿਰ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਹੈ। ਮੈਕਸੀਕੋ ਹੀ ਹੋਏਗੀ ਜਾਏਗੇ। ਕਿਸ ਜਗ੍ਹਾ ਭੇਜਿਆ ਥਾ? ਅਮੈਰੀਕਾ ਭੇਜਿਆ ਰਹੀ। ਕਹਾਂ ਜਾ ਕੇ ਡੋਂਕੀ ਡੋਂਕੀ ਹਾਂ ਡੋਂਕੀ ਰਾਹੀਂ ਇਹ ਅੱਗੇ ਭੇਜ ਦਿੰਦੇ ਆ, ਡਾਇਰੈਕਟ ਨਹੀਂ ਨਾ ਭੇਜਦੇ, ਸਿੱਧੇ ਡੋਂਕੀਆਂ ਰਸਤੇ ਭੇਜਦੇ। ਫਿਰ ਮੁੰਡੇ ਤੰਗੀ ਤਾਂ ਉਸੀ ਹਾਲਤ 'ਚ ਖਤਰਿਆਂ ਦਾ ਰਾਹ, ਅਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਕੀ ਬਾਤ ਹੋਈ ਹੈ, ਕਿਸੇ ਨੇ ਫੋਨ ਨਹੀਂ ਮੁੜ ਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ। ਕਿੰਨੀ ਦੇਰ ਹੋ ਗਈ ਉਸ ਤੋਂ? 8ਵਾਂ ਸਾਲ ਚੱਲਣ ਦੇ ਜੀ। ਹਾਂਜੀ। ਕਿੰਨੇ ਲੜਕੇ ਗਏ ਥੇ ਵਹਾਂ ਪੇ? ਇਹ 4-5 ਮੁੰਡਿਆਂ ਦਾ ਗਰੁੱਪ ਸੀ, ਕੁਛ ਉੱਥੇ ਮਕੇਰੀਆਂ ਦਾ ਸੀ, ਇੱਕ ਕਪੂਰਥਲੇ ਦਾ ਸੀ, ਇੱਕ ਇੱਧਰ ਦਾ ਸੀ ਅੰਮ੍ਰਿਤਸਰ ਦਾ ਪੰਡੋਰੀ ਵੱਲ ਦਾ, ਚਾਰ ਬਾਕੀ ਮੁੰਡੇ ਬਾਕੀ ਜਾਣਕਾਰੀ ਨਹੀਂ ਪਏ। 2 ਕੁ ਪੰਡੋਰੀ ਦੇ ਸੀ ਅਤੇ ਮਹਿੰਦੀਪੁਰ ਦੇ, ਅਤੇ ਇਹਨਾਂ ਦਾ ਗਰੁੱਪ ਸੀ। ਅਤੇ ਜਦੋਂ ਰਾਹ 'ਚ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਹਾਂ ਅਤੇ ਥੋੜ੍ਹੇ ਚਿਰ ਪਹੁੰਚ ਜਾਵਾਂਗੇ, ਨੇੜੇ ਹੀ ਉਹਨੂੰ ਰਹਿ ਗਿਆ, ਅਤੇ ਰਾਹ 'ਚ ਉਸ ਤੋਂ ਬਾਅਦ ਫੋਨ ਬੰਦ ਹੋ ਗਿਆ ਇਹਨਾਂ ਦੇ, ਫੋਨ ਨਹੀਂ ਆਏ। ਕਹਾਂ ਜਾ ਕੇ ਬੈਠੇ? ਮੁੜ ਕੇ ਫਿਰ ਅਖਬਾਰ 'ਚ ਕਿਹੜੀ ਕਹਾਂ ਜਾ ਕੇ ਬੈਠੇ? ਇਹੋ ਡੋਂਕੇ ਡੋਂਕੇ ਰਸਤੇ ਭੇਜਦੇ ਹੈ, ਅੱਗੇ ਰਸਤਿਆਂ ਦਾ ਸਾਨੂੰ ਨਹੀਂ ਨਾ ਪਤਾ ਕਿਹੜੇ ਪਾਸੇ ਰਸਤੇ ਭੇਜਦੇ ਹੈ। ਮੈਕਸੀਕੋ ਬਾਰਡਰ ਹੈ ਜੀ, ਹੋਰ ਵੀ ਜਿਹੜੇ ਹੈਗੇ ਬਾਰਡਰ ਜਿਹੜੇ ਨਾਲ ਨਾਲ ਪੈਂਦੇ ਆ ਉਹਨਾਂ ਰਸਤੇ।
ਅਤੇ ਮੁੜ ਕੇ ਫਿਰ ਅਖਬਾਰ 'ਚ ਖਬਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਜਣੇ ਸੀ ਇਹ ਲਾਪਤਾ ਹੋ ਗਏ। ਅਖਬਾਰ ਦੀ ਸੁਰਖੀਆਂ 'ਚ ਪਤਾ ਲੱਗਾ ਸਾਨੂੰ ਲਾਪਤਾ ਹੋਣ ਦਾ। ਮੁੜ ਕੇ ਅਸੀਂ ਬਥੇਰੀ ਪੁੱਛ ਗਈ ਕੀ ਦੌੜੇ ਭੱਜੇ ਹਾਂ ਅਤੇ ਕਿਸੇ ਨੇ ਬਾਤ ਨਹੀਂ ਪੁੱਛੀ ਸੁਣੀ। ਅਤੇ ਹੁਣ ਅਸੀਂ ਇੱਦਾਂ ਹੀ ਅਡੀਕ 'ਚ ਬੈਠੇ ਹਾਂ। ਬਿਲਕੁਲ ਗਲਤ ਹੈ ਜੀ ਇਹ, ਬਿਲਕੁਲ ਨਾ ਜਾਏ। ਇੱਕ ਨੰਬਰ ਜਾਓ, ਨਹੀਂ ਤਾਂ ਇੱਧਰ ਬਥੇਰੀ ਰੋਟੀ ਆਰਾਮ ਨਾਲ ਬਹਿ ਕੇ ਕਮਾ ਕੇ ਖਾ ਸਕਦਾ। ਬਾਹਰ ਜਾਣ ਦੀ ਕੋਈ ਲੋੜ ਨਹੀਂ। ਅਸੀਂ ਚਲੋ ਨਹੀਂ ਬਣ ਜਾਣ ਬੰਦੇ ਹੀ ਫਸ ਗਏ ਹੈ, ਥੋੜ੍ਹੇ ਏਜੰਟੇ ਜਿੰਦੇ ਜੰਮਦੂ ਧਰਤੀ 'ਤੇ ਆਏ ਹੈ, ਇਹ ਹੇਰਾ ਫੇਰੀਆਂ ਕਰਦੇ ਹੈ, ਬਹੁਤ ਗਲਤ ਕਰਦੇ ਹੈ, ਦੱਸਦੇ ਕੁਛ ਹੈ ਅੱਗੇ ਕੁਛ ਕਵਾਉਂਦੇ ਹੈ ਅਤੇ ਬੰਦੇ ਹਨੇਰੇ 'ਚ ਰੱਖਦੇ ਹੈ ਅਤੇ ਦੂਜਿਆਂ ਦਾ ਨਾਸ਼ ਕਰ ਛੱਡਦੇ ਹੈ। ਇਹੋ ਹੈ ਵੀ ਇੱਕ ਨੰਬਰ ਜਾਓ, ਅਨਲੀਗਲ ਨਾ ਜਾਓ। ਕਿੰਨੇ ਪੈਸੇ ਦੇ ਕਰ ਭੇਜਿਆ ਸਾ ਬੱਚੇ? ਹਾਂ ਆਧੇ ਪੈਸੇ ਦੀਏ ਇੱਥੇ ਥੋੜ੍ਹੇ। ਕਿੰਨਾ ਪੈਸਾ? 12 ਲੱਖ ਦੀਏ ਇੱਥੇ, ਥੋੜ੍ਹਾ ਆਨ ਪਹੁੰਚ ਕਰ ਦੇਣੇ ਇੱਥੇ ਥੋੜ੍ਹੇ, ਵੀ ਜਾ ਕੇ ਪਹੁੰਚੇਗਾ ਫੇਰ ਕਰੇ ਦੇਵਾਂਗੇ। ਕਿੰਨੇ ਪੈਸੇ ਦੀ ਡਿਮਾਂਡ ਕੀਤੀ? ਉਸਨੇ 35 ਲੱਖ ਕੀਤੀ ਸੀ, ਜੋ ਕਿ ਅੱਗੇ ਤਾਰ 'ਤੇ ਨਹੀਂ ਆਏ, ਆਪਣੇ ਕੋਲ ਹੀ ਸਾਰੇ ਰਸਤਾ ਰਹਿਤੇ ਹੈ। ਜੇ ਪੈਸੇ ਪੂਰੇ ਦੇ, ਇੱਕ ਨੰਬਰ ਮੇਂ ਜਾਏ ਸਭ ਜਾਤੇ ਹੈ, ਆਦਮੀ ਆਪ ਨੇਤਾ ਲੋਕ ਜਾਤੇ ਹੈ, ਸਭ ਮੰਤਰੀ ਜਾਂਦੇ, ਕਲਾਕਾਰ ਜਾਤੇ ਹੈ, ਇਹ ਨੌਜਵਾਨ ਪੜ੍ਹੇ ਲਿਖੇ ਲੜਕੇ ਹੋ ਗਏ, ਕਿਹਾ ਇਹ ਅੱਤਵਾਦੀ ਥੋੜ੍ਹੇ ਹੈ, ਇਹ ਸਭ ਆਪਣੇ ਸਰਕਾਰਾਂ ਦੀ ਵੀ ਥੋੜ੍ਹੀ ਹੈ ਢਿੱਲ ਮੱਠ, ਅਤੇ ਇਹਨਾਂ ਦੀ ਜਿਹੜੀ ਏਜੰਟਾਂ ਦਾ ਜਾਲਸਾਜ ਬਣੇ ਆ, ਇਹਨਾਂ ਦੇ ਰੈਗੂਲਰ ਚਾਹੀਦੇ, ਇਹਨਾਂ ਦੇ ਲਾਇਸੈਂਸ ਬਣਨੇ ਚਾਹੀਦੇ ਹੈ, ਚੈੱਕ ਕਰਨੇ ਚਾਹੀਦੇ। ਜਿਹੜੇ ਫਰਾਡ ਚੱਲੇ ਆ ਅੱਜ ਕੱਲ੍ਹ, ਇਹਨਾਂ ਨੂੰ ਨਕੇਲ ਪਾਉਣੀ ਚਾਹੀਦੀ ਹੈ। ਆਪ ਦੇ ਚੰਗੇ ਭਲੇ ਲੁੱਕ ਛੁੱਪ ਕੇ ਕਰ ਲੈਂਦੇ ਗੁਜ਼ਾਰਾ, ਅਤੇ ਜਿਹੜੇ ਪਿੱਛੇ ਮਾਂ ਪਿਓ ਰਹਿ ਜਾਂਦੇ ਆ, ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ। ਮੇਰੇ ਇੱਕ ਵੀ ਲੜਕਾ ਥਾ, ਇੱਕ ਲੜਕਾ ਇੱਕ ਬੇਟੀ ਸੀ, ਜੇ ਹੋਰ ਆਪ ਜਾਣਦੇ ਹੀ ਹੈ ਸਭ ਕੁਛ। ਫਿਰ ਹਮ ਤਾਂ ਹੁਣ ਜੈਸੇ ਜਿਵੇਂ ਕਿ ਜਿਵੇਂ ਇਹ ਪਰ ਆ ਗਏ, ਜਿਹੜੇ ਆ ਕੇ ਆਉਣੇ ਵਾਲੀ ਪੀੜ੍ਹੀ ਉਹਨਾਂ ਕੋ ਹਮ ਸੁਚੇਤ ਕਰਦੇ ਹਾਂ ਵੀ ਅਲਰਟ ਰਹੇ ਅਤੇ ਧੋਖੇਬਾਜ਼ ਤੋਂ ਬਚੇ। ਹਾਂ ਮੈਸੇਜ ਇਹੀ ਹੈ, ਮੈਸੇਜ ਹੈ ਵੀ ਆ ਕੇ ਇਸੇ ਅਲਰਟ ਰਹੋ, ਕਿਸੇ ਕੋ ਐਸੇ ਨਾ ਅਨਲੀਗਲ ਨਾ ਜਾਓ, ਲੀਗਲ ਇੱਕ ਨੰਬਰ 'ਤੇ ਜਾਓ, ਅਤੇ ਨਹੀਂ ਜਾਣ ਨੂੰ ਤਾਂ ਇੱਧਰ ਆਪਣੇ ਦੇਸ਼ 'ਚ ਬੜਾ ਕੰਮ ਹੈ। ਸਰਕਾਰ 'ਚ ਮਾਂ ਕਿ ਮਾਰੇ ਬੱਚੇ ਕੋ ਢੂੰਢੇ ਪਤਾ ਕਰੇ, ਸੈਂਟਰ ਸਰਕਾਰ 'ਚ ਵੀ ਪੰਜਾਬ ਸਰਕਾਰ 'ਚ ਵੀ ਬੇਨਤੀ ਹੈ ਕਿ ਮਾਰੇ ਬੱਚਾ ਤਲਾਸ਼ ਕਰੇ। ਹਮ ਬਹੁਤ ਮੁਸ਼ਕਲ ਮੈਂ ਜੀ ਰਹੇ ਹਾਂ।